ਅੱਲਾ ਪਾਕ ਦੀ ਮਿਹਰ ਹੀ ਹੈ ਜੇ ਤੁਹਾਡੀ ਨਮਾਜ਼ ਕਬੂਲ ਕਰ ਲੈਣੀ ਤਾਂ ਮਸੀਤ ਖੋਗੇ ਜਿਵੇਂ ਗਾਲਾਂ ਕੱਢਦੇ ਹੋ ਨਾ ਭਾਈ ਉਹ ਕਿਹੜਾ ਥਾਂ ਜਿੱਥੇ ਅੱਲਾ ਨਹੀਂ ਉਹ ਉੱਥੇ ਨਹੀਂ ਤੇ ਹੁਣ ਇਹ ਤਾਂ ਕੋਈ ਤੁੱਕ ਨਹੀਂ ਨਾ ਬੰਦਾ ਇੱਥੇ ਮਸੀਤ ਖੋਗੇ ਨਮਾਜ਼ ਪੜ੍ਹਨ ਇਹ ਤੁਸੀਂ ਲਾਮਾ ਕਬਾਲ ਵਾਲੀਆਂ ਮੈਨੂੰ ਸ਼ਾਇਰੀਆਂ ਨਾ ਸੁਣਾਓ ਕਹਿੰਦਾ ਉਹ ਕਿਹੜੀ ਜਗ੍ਹਾ ਜਿਵੇਂ ਲਾਮਾ ਕਬਾਲ ਨੇ ਆਖਿਆ ਨਾ ਮੈਨੂੰ ਮੁਝੇ ਸਾਰੀਆਂ ਥਾਵਾਂ ਦੀ ਪਰ ਡਾਂਗ ਫੜਾ ਦੇ ਲੈ ਮੇਰੇ ਕੰਮ ਦਵੇ ਡਾਂਗ ਫੜ ਦਿੰਦੇ ਤੂੰ